ਕਰ ਲਿਆ ਮਾਹੀ ਤੂੰ ਮੈਂ ਖਰਚ ਕਰਦਾ ਸੇਵੰਡਾ ਅੱਜ ਕਿਹੜੀ ਕਰ ਲਿਆ ਮਾਹੀ ਤੂੰ ਮੈਂ ਖਰਚ ਕਰਦਾ ਸੇਵੰਡਾ
ਬੇਟਾ
नहीं जनाबे मेरा बजवैया की मतलब है ओ जेड़ा पीछे नहीं बजाउंदा हुंदा अब के बजाउंदा है हां जी हां जी चलो पीछे मैं आ बजा लांगा नहीं जनाब तुम्हारे खुले टलट होना ने हाथ ने कोई गल नहीं ये भी चेक करो चल मैं तो बेमारी लाइन लाइन गड्डी कटो अपनी निकलो इत्थों दुनिया को सुनिया बिल्कुल वैसा ही पाया मेरी जिंदगी बदल गई मैं शेख साहब जेरे कोल भी गई है नौकरी मंगनी नहीं है भावे सहारा लेने गई है अच्छा उन्होंने ने मैंने बिस्त किया जलील करके अपने तोतरों कर दिता अच्छा नकारों कर दिता तो मैं लावारिस हो गया कोई गल नहीं है दुनियादारी है दुनिया चलती है इस तरह बस शेख साहब मैं यही पैदा हुई मेरा तो नहीं ना कसूर सारी बरादरी ने मेरे को मुंह फेर लिया मैंने अपने खानदान चो कर दिता इतों तक सके भरावान ने मुंह नहीं लाया जिते नौकरी मंगन गई उन्होंने नजर मेरी जवानी से रही है हाँ तुम इंज किया तो मैं थोड़ी जवानी से चुकिया मारा जिथे रखा रखन लग पे कोशिश करांगे जाओ आज खाने का पहला बंदोबस्त करो बीवी मरिया कितनी साल हो गए पंजी साल हो गए बहुत हो गई शेख साहब मरना ही बनता सी क्यों जी तुहाडा ते मुंह ही इंज खोलता जिवें सुबह दुकान खोली थी चल जाओ मैं जा रही हूं शेख साहब पंजी साल हो गए तुहाडी बीवी मरे ने दा मतलब है कि तुसी पंजी साल हो गए ऐ सर तुसी कोई जोर ज्यादा लाया है परदा चौके अगो खबे होना सजे होना जिधर मर्जी हो जाए अच्छा अच्छा तुम ही मैं ही हां जाओ नौकरी पक्की मैं रोटी कुछ दिन कहने आओ जी राणा टूंगा साहब अबा जी जी पुत्र ओए तुसी किते मेरा अब्बा तैनू वेख्या वेखे सवेरे ना रहया सी नौंदिया मैं ते ओपे नु अबा जी हां जी मैं जा रहया मेनू दुआ दियो अंदर पई जा खा ले भाई जी कामयाबी वाली दुआ जा केड़ी कामयाबी सारी जिंदगी काम ने कीता ते कामयाबी काम ते जा रहया ते फेर भी इंज आ ना पिया जा 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 किराया देवेगा तो जावांगा के बतक ते बैठ के जावा है बतक तेरा बाहर चुकती है जबरदस्त यार गल हुंदी पई है 1 2 3 4 अपन 100 ते निकल इत्थे प्यो के 100 दे रहे हैं पान वाला 500 देंदा ते प्यो भी नहीं है ते मैं ओनी तकलीफ भी ते नहीं देंदा ਪੰਜਾਹ ਫੜ ਪੰਜਾਹ ਉਹ ਇਹ ਤਾਂ 100 ਹੈ
ਬਦਮਾਸ਼ ਹੋ। ਸੌਰੀ ਮੈਨੂੰ ਨਹੀਂ ਸੀ ਪਤਾ ਤੁਸੀਂ ਬਦਮਾਸ਼ ਹੋ। ਅਸੀਂ ਵੀ ਬਦਮਾਸ਼
ਬਦਮਾਸ਼ ਨਹੀਂ ਅਸੀਂ ਸ਼ਰੀਲੋ ਸਿਰਫ ਸ਼ਰਾਬੀ ਆ ਸ਼ਰਾਬ ਪੀਦੀ ਓਏ ਸ਼ਰਾਬ ਪੀ ਰਹੇ ਟੈਨਸ਼ਨ ਦੀ ਹੋਇਆ ਕੋ ਕਿਹੜੀ ਟੈਨਸ਼ਨ ਮੇਰਾ ਇੱਕ ਦੋਸਤ ਪਿੰਡੀ ਇਲੈਕਸ਼ਨ ਤੇ ਖਲੋਤਾ ਸੀ ਹਾਰ ਗਿਆ ਉਹ ਸਦਾ ਪੀਂਦੇ ਤੇ ਜਿਹੜਾ ਮੈਂ ਸ਼ਰਾਬ ਪੀਣਾ ਪਰੇਸ਼ਾਨੀ ਦੀ ਵਜ੍ਹਾ ਤੋਂ ਦੋਸਤ ਹਾਰ ਗਿਆ ਤੇ ਤੂੰ ਸ਼ਰਾਬ ਪੀ ਰਿਹਾ ਬਦਤਮੀਜ਼ ਚੱਲ ਸ਼ਰਾਬ ਪੀਣਾ ਨਹੀਂ ਬੁਰੀ ਗੱਲ ਹੈ ਐ ਨਿਮਕੋ ਵੀ ਲੈ ਲਾ ਇਸ ਤਰ੍ਹਾਂ ਜ਼ਾਇਕਾ ਦਾ ਚੇਂਜ ਹੋ ਜਾਂਦਾ ਥੋੜਾ ਜਿਹਾ ਤੁਸੀਂ ਤਾਂ ਸਮਝ ਨਹੀਂ ਰਹੇ ਲੱਗਦਾ ਕੌਣ ਹੋ ਤੁਸੀਂ ਅਸੀਂ ਅਲਹਮਦੁਲਿਲਾ ਮੁਸਲਮਾਨ ਆ ਹੋਰ ਕੌਣ ਤੇ ਮੈਂ ਕਦੋਂ ਕਿਹਾ ਨਹੀਂ ਹਾਂ ਹਾਂਜੀ ਤੁਸੀਂ ਘਬਰਾਉਣਾ ਟੈਨਸ਼ਨ ਸਾਨੂੰ ਤਾਂ ਨਾ ਪਿਆਰ ਹੋ ਗਿਆ ਪਹਿਲੀ ਨਜ਼ਰ ਮੇਰੇ ਨਾਲ ਪਿਆਰ ਹੋਰ ਮਾਫਤਾ ਅੱਛਾ ਜੀ ਪਰ ਕੋਈ ਕੰਮ ਕਰਨਾ ਪਏਗਾ ਕੀ ਕੰਮ ਕਰਨਾ ਹੈ ਕੰਮ ਬੜੇ ਬੜੇ ਕੀਤੇ ਨੇ ਕੀ ਪਾਕਿਸਤਾਨ ਦੀ ਖਾਤਰ ਬੜੇ ਕੰਮ ਕੀਤੇ ਨੇ ਕੀ ਕੀਤਾ ਹੈ ਇੰਡੀਆ ਨਾਲ ਮੈਂ ਤਕਾ ਲਾ ਲਿਆ ਵਾਕੇ ਮੈਂ ਕਹਾ ਓ ਭਾਈ ਸਾਡਾ ਕਸ਼ਮੀਰ ਦੇ ਕਹਿੰਦੇ ਅਸੀਂ ਤੈਨੂੰ ਕਸ਼ਮੀਰ ਦੇ ਦਿੰਦੇ ਤੂੰ ਸਾਨੂੰ ਕੀ ਦੇਗਾ ਹਾਂ ਬਈ ਤੂੰ ਕੀ ਦੇਗਾ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਚੀਜ਼ ਉਹ ਕਿਹੜੀ ਹੈ ਚੌਧਰੀ ਸ਼ਹਜ਼ਾਦ ਕੋਈ ਸਾਹਿਬ ਕਰਦੇ ਰਹੇ ਤੋ ਮਿੱਟੀ ਪਾਓ ਮਿੱਟੀ ਪਾਓ ਕੋਈ ਸਾਹਿਬ ਹਰ ਗੱਲ ਤੇ ਮਿੱਟੀ ਪਾਈ ਜਾਂਦੇ ਆ ਇੰਨੀ ਮਰਮਾਂ ਚ ਕਬਰਸਤਾਨ ਕਿਸੇ ਨੇ ਮਿੱਟੀ ਨਹੀਂ ਪਾਈ ਜਿੰਨੀ ਉਹਨਾਂ ਨੇ ਪਾਤੀ ਹੈ ਇਹਨੇ ਸਾਨੂੰ ਵੀ ਸਿਆਸਤ ਨਾਲ ਸਾਡੇ ਨੇ ਕੋਈ ਟੈਨਸ਼ਨ ਨਹੀਂ ਓਏ ਕੋਈ ਕੰਮ ਵੀ ਕੀਤਾ ਹੀ ਕੰਮ ਬੋਲੇ ਹੋਏ ਲੋ ਵੀ ਮਿਹਰਬਾਨੀ ਨਾ ਕੀ ਐ ਤੂੰ ਮਾਰੋੜ ਤੋਂ ਜਾਏ ਨਾ ਸਿੱਧਾ ਹਾਂ ਇੱਕ ਲਾਈਫ ਇੰਸ਼ੋਰੈਂਸ ਦਾ ਦਫ਼ਤਰ ਹੀ ਉਹ ਵੱਡੀ ਸਾਰੀ ਬਿਲਡਿੰਗ ਉੱਥੇ ਮੈਂ ਚਪੜਾਸੀ ਹੁਣਾ ਸੀ ਚਪੜਾਸੀ ਓ ਚਪੜਾਸੀ ਨੂੰ ਬੁਰਾ ਨਹੀਂ ਇਹਦਾ ਹੁੰਦਾ ਕਾਦੇ ਤੋਂ ਚਪੜਾਸੀ ਮੁਲਕ ਦੇ ਵਿੱਚ ਦੋ ਹੀ ਤੇ ਸੀਟਾਂ ਨੇ ਕਿਹੜੀਆਂ ਇੱਕ ਸਦਰ ਦੂਜੀ ਚਪੜਾਸੀ ਉਹ ਕੀ ਸਦਰ ਤੋਂ ਉੱਤੇ ਕੋਈ ਨਹੀਂ ਤੇ ਚਪੜਾਸੀ ਤੋਂ ਥੱਲੇ ਕੋਈ ਨਹੀਂ ਇਹ ਹੈਗੀਆਂ ਨੇ ਮਾਰਫਤ ਦੀਆਂ ਗੱਲਾਂ ਤੇ ਸਮਝ ਨਹੀਂ ਆਉਂਦੀਆਂ ਕੋਈ ਹੋਰ ਕੰਮ ਵੀ ਕੀਤਾ ਬੜੇ ਬੜੇ ਕੰਮ ਦਲੀਲ ਨਹੀਂ ਹੋਇਆ ਕੀ ਮੈਂ ਡਰਾਈਵਰੀ ਕੀਤੀ ਨਿਊ ਖਾਂ ਚਲਾਉਂਦਾ ਸੀ ਡਰਾਈਵਰੀ ਹਾਂਜੀ ਤੇ ਨਿਊ ਖਾਂ ਦੇ ਮਾਲਕ ਕਹਿੰਦੇ ਕੰਡਕਟਰੀ ਵੀ ਤੂੰ ਆਪ ਹੀ ਕਰਨੀ ਹੈ ਅੱਛਾ ਮੈਂ ਕਿਹਾ ਠੀਕ ਹੈ ਫਿਰ ਗੱਡੀ ਲੈ ਕੇ ਜਾ ਰਹੇ ਆ ਬੋਤਲ ਪੀਤੀ ਸੀ ਅੱਛਾ 72 ਬੰਦੇ ਬੈਠੇ ਸੀ ਗੱਡੀ ਨਹਿਰ 'ਚ ਸਾਰੇ ਬੰਦੇ ਮਰ ਗਏ ਅੱਛਾ ਮਾਲਕ ਮੈਨੂੰ ਕਹਿੰਦਾ ਤੂੰ ਕਿੱਥੇ ਸੀ ਫਿਰ ਮੈਂ ਕਿਹਾ ਮੈਂ ਤੇ ਕਿਰਾਇਆ ਫੜਨ ਗਿਆ ਸੀ ਓਹੋ ਕੋਈ ਵੱਡਾ ਕੰਮ ਵੀ ਕੀਤਾ ਪੈਸਿਆਂ ਸ਼ੈਸਿਆਂ ਲਾ ਬੜਾ ਹੀ ਪੈਟਰੋਲ ਕੱਢਿਆ ਜ਼ਮੀਨ 'ਚੋਂ ਅੱਲਾ ਦੀ ਕਸਮ ਮੈਂ ਕਿਹਾ ਕੋਈ ਵੱਡਾ ਕੰਮ ਕਰੀਏ ਦੁਨੀਆ ਪੈਟਰੋਲ ਕੱਢਦੀ ਅਸੀਂ ਵੀ ਕੱਢੀਏ ਫਿਰ ਕਈ ਫੜੀ ਆ 3 ਕਿਲੋਮੀਟਰ ਗਿਆ ਫਿਰ ਇੰਜ ਕਰਕੇ ਜ਼ਮੀਨ 'ਚ ਕਈ ਮਾਰੀ ਠਾ ਅੱਛਾ ਪੈਟਰੋਲ ਦੀਆਂ ਤਤੀਰੀਆਂ ਨਿਕਲ ਆਈਆਂ ਦਸ ਬੰਦਿਆਂ ਨੇ ਕੁੱਟਿਆ ਮੈਨੂੰ ਉਹ ਕਿਉਂ ਕਹਿੰਦੇ ਸਾਲਿਆ ਸਾਡੇ ਪੈਟਰੋਲ ਪੰਪ ਦੀ ਟੈਂਕੀ ਪਾੜਦੀ ਆ ਇਹ ਨਾ ਮੇਰੇ ਨੂੰ ਰਾਸ ਨਹੀਂ ਆ ਕੰਮ ਕੋਈ ਤੂੰ ਪੈਟਰੋਲ ਪੰਪ 'ਚ ਵੜ ਗਿਆ ਸੀ ਤੇ ਮੈਨੂੰ ਉੱਥੇ ਮੈਂ ਸੇਫ ਸੀ ਮੈਂ ਕਿਹਾ ਚਲੋ ਉੱਥੇ ਨਿਕਲੋ ਤੈਨੂੰ ਪਤਾ ਮੈਂ ਬੜੀ ਪਰੇਸ਼ਾਨ ਆ ਕੀ ਪਰੇਸ਼ਾਨ ਮੈਨੂੰ ਆਰਡਰ ਲਾ ਮੈਂ ਇੱਕ ਫਿਲਮ 'ਚ ਕੰਮ ਕਰਨ ਲਈ ਗਈ ਉਹਨਾਂ ਨੇ ਮੈਨੂੰ ਰਿਜੈਕਟ ਕਰਤਾ ਰਿਜੈਕਟ ਕਰ ਪਾਗਲ ਕੰਮ ਸਿੱਖੀਦਾ ਹੁੰਦਾ ਫੇਰ ਜਾ ਕੇ ਸਟੂਡੀਓ ਜਾ ਕੇ ਚਾਹੀਦਾ ਹੁੰਦਾ ਤੁਹਾਨੂੰ ਕੰਮ ਆਉਂਦਾ ਨਹੀਂ ਤਾਂ ਪਹਿਲੇ ਸਟੂਡੀਓ ਚਲੇ ਜਾਂਦੀਆਂ ਫਿਰ ਬਾਅਦ 'ਚ ਪਤਾ ਲੱਗਾ ਜੀ ਫਿਲਮ ਵੀ ਕੋਈ ਨਹੀਂ ਮਿਲੀ ਤੇ ਹਿਰਵਨ ਦੇ 3 ਬੱਚੇ ਵੀ ਹੋ ਗਏ ਹੈਲੋ ਜਦੋਂ ਤੁਸੀਂ ਕੰਮ ਸਿੱਖੇ ਜਦੋਂ ਕੰਮ ਮੈਂ ਤੈਨੂੰ ਸਿਖਾਉਣਾ ਆਂਦੀ ਤੈਨੂੰ ਐਕਟਿੰਗ ਮੈਨੂੰ ਸਿਖਾ ਦੇ ਮੈਂ ਡਾਇਰੈਕਟਰ ਅੱਛਾ ਡਾਇਰੈਕਟਰ ਬੜਾ ਵੱਡਾ ਰਾਛੂ ਤਾਂਗੜ ਮੇਰਾ ਨਾਮ ਵੱਡਾ ਡਾਇਰੈਕਟਰ ਚੱਲ ਠੀਕ ਹੈ ਅਤੇ ਸਮਝ ਐ ਹੀ ਰੋਦਰਾ ਖਲੋਤਾ ਅੱਛਾ ਤੂੰ ਆ ਗਿਆ ਨਾ ਕੀ ਤੇ ਬਸ਼ੀਰਿਆ ਮੈਂ ਤੇ ਤੇਰੀ ਬਣ ਗਈ ਆ ਤੂੰ ਮੇਰਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਐ ਵੀ ਕਰਨਾ ਐ ਹੀ ਤਾਂ ਬਸ਼ੀਰਿਆ ਨੂੰ ਬਚਣਾ ਹੋਰ ਫਿਲਮਾਂ ਜੋ ਲੱਭਦਾ ਕੀ ਆ ਉਹ ਚੱਲ ਠੀਕ ਹੈ ਤੇ ਕੀ ਆ ਓਕੇ ਐਕਸ਼ਨ ਤੇਰੇ ਬਿਓਣੇ ਕਹਿਣਾ ਮੈਨੂੰ ਤਾਂ ਸੌਰੀ ਐਕਸ਼ਨ ਕਵਾਂ ਫੇਰ ਹੀ ਆਣਾ ਠੀਕ ਹੈ ਚੱਲ ਅਸ਼ੋਰ ਬਸ਼ੀਰਿਆ ਮੈਂ ਤੇ ਤੇਰੀ ਬਣ ਗਈ ਆ ਤੂੰ ਮੇਰਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਮੈਂ ਆਪਣੇ ਪਿਓ ਦਾ ਨਹੀਂ ਬਣਿਆ ਤੇਰਾ ਬਣ ਗਿਆ ਤਾਂ ਲੋ ਇਹ ਇਸ ਕਰਕੇ ਐਕਟਿੰਗ ਨਹੀਂ ਆਉਂਦੀ ਹੈਗੀ ਚੱਲ ਕੋਈ ਹੋਰ ਸੀ ਸੀਰੀਅਸ ਸੀ ਹੋਵੇ ਉਰਦੂ ਚ ਕਰ ਉਰਦੂ ਉਰਦੂ ਚ ਤੇ ਮਸਲਾ ਹੀ ਕੋਈ ਨਹੀਂ ਦੱਸ ਐ ਮੈਂ ਬੈਠਾ ਰਸ਼ੀਦ ਸਾਹਿਬ ਕਹਿਣਾ ਮੈਨੂੰ ਰਸ਼ੀਦ ਸਾਹਿਬ ਰਸ਼ੀਦ ਸਾਹਿਬ ਰਸ਼ੀਦ ਸਾਹਿਬ 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 ਰਸ਼ੀਦ ਸਾਹਿਬ ਰਸ਼ੀਦ ਸਾਹਿਬ ਆ ਵੀ ਕਰਨਾ ਜੀ ਰਸ਼ੀਦ ਸਾਹਿਬ ਰਸ਼ੀਦ ਸਾਹਿਬ ਸਕਾਫ ਹੈ ਨਹੀਂ ਨਹੀਂ ਐ ਨਹੀਂ ਪੈਸੇ ਮੰਗਣੇ ਨੇ
اردو کے رشید صاحب مجھے 5 لاکھ روپیہ چاہیے پلیز پیسے منگنے نے تے گل ہی کوئی نہیں ہاں جی تہاڈے لئی کوئی نہیں تسی جو تو منگ لیندے جو کو فرض بھی ہویا ہوے ہاں ہاں جی کیڑی گل ہے ایکشن رشید صاحب مجھے 5 لاکھ روپیہ چاہیے پلیز ایدے لئی تینوں رکشے چ محنت کرنی پینی ہے ਆਪਣੀਆਂ
ਸੰਗਣੀ ਲਈ ਨਹੀਂ ਜਾਂਦੀ ਹੈ। ਡੱਬੀ ਗੋਲਡੀਪ ਦੀ ਸਿਗਰ ਵਿੱਚ ਕੇਟੂ ਦੇ ਦੀ।
ਚੁੱਲੀ ਸੀ ਫੈਂਸੀ ਫੈਂਸੀ ਡਰੈਸ ਕਿੰਨਾ ਬਰ ਦੂਰ ਹੋ ਕੇ ਦੂਰ ਹੋ ਕੇ ਜਾਨ ਹੁੰਦੀ ਹੈ।
ਚਿੱਟੀ ਹੁੰਦੀ ਹੈ। ਅਗੋ ਬਕਵਾਸ ਡਰਾਮਾ ਡਰਾ ਹੈ ਕੀ ਵੇਖਣ ਦੇ ਹੈ ਕੀ ਵੇਖਣ ਦੇ ਤੂੰ ਮੈਨੂੰ ਜਾਣਦਾ ਨਹੀਂ ਹੈ ਕੌਣ ਹੈ ਤੂੰ ਐ ਸੱਚੋ ਕਾਮਰਾਨ ਸਰ ਉਹਨੇ ਵੀ ਮੈਨੂੰ ਫੱਟਿਆ ਸੀ ਥੋੜੀ ਜਿਹੀ ਹੋਰ ਪਾ ਅਸੀਂ ਦੋ ਬੰਦੇ ਆ ਆਪ।
ਬਸ਼ੀਰ ਸਬਲ ਮੰਡੀ ਲਿਖੋ ਇਹ ਬਸ਼ੀਰ ਕਿਵੇਂ ਹੈ ਬੇ ਪਾ ਕੇ ਤੇ ਜਿੱਥੇ ਸਬਲ ਮੰਡੀ ਆਵੇ ਉੱਥੇ ਖੀਰਾ ਬਣਾ ਦੇ ਗੱਡੀ ਸੇਵਨ ਜਾ ਰਹੀ ਆ ਤੈਨੂੰ ਕਹਿਣ ਦਿਆ ਗੱਡੀ ਚ ਬਹਿ ਇੱਕ ਸ਼ਰਤ ਤੇ ਬਾਗਾ ਓ ਕੀ ਮੈਂ ਵਿੱਚ ਪਵਾਂਗਾ ਤੁਸੀਂ ਛੱਤ ਤੇ ਕੀ ਕਿਵੇਂ ਕਿਵੇਂ ਵਾਜੇ ਵਾਲੇ ਬੰਦ ਵਾਜੇ ਵਾਲੇ ਆਪਣਾ ਸ਼ਰਾਬੀ ਸਾਹਿਬ ਉੱਠੋ ਗੱਡੀ ਚ ਬੈਠੋ ਇੱਕ ਸ਼ਰਤ ਤੇ ਜਾਵਾਂਗਾ ਓ ਕੀ ਗੱਡੀ ਮੈਂ ਆਪ ਚਲਾਵਾਂਗਾ ਫੇਰ ਤੇ ਅਸੀਂ ਥਾਣੇ ਨਾ ਪਹੁੰਚੇ ਕਬਰਸਤਾਨ ਤੇ ਪਹੁੰਚੋਗੇ ਇਹ ਕਾਕਾ ਇਹਨਾਂ ਦੇ ਇੰਜ ਬਾਤ ਨਹੀਂ ਇਹਨਾਂ ਬੜੇ ਰਿਸ਼ਤੇ ਇੱਥੇ ਵੱਡਾ ਅਫਸਰ ਹੀ ਆਏਗਾ ਹਾਂਜੀ ਬੜਾ ਤੱਤਾ ਮੈਂ ਕਿਹਾ ਸਰ ਜੀ ਕੀ ਗੱਲ ਏ ਲੰਘਿਆ ਵਹੀ ਘਰ ਜੇ ਆਪਣੀ ਮਾਂ ਦੇ ਨਾਲ ਆਇਆ ਮੇਰੀ ਗੱਲ ਸੁਣੋ
ਮੈਨੂੰ ਹੱਥ ਨਹੀਂ ਲਾਇਆ ਐ ਵੀਦਰ ਜੀ ਪਾਲੇ ਵੀ ਬੁੱਤ ਪਾਲੇ ਆ ਅਭੀ ਹੋਰ ਪਾਵੇ ਦੁਲਹਨ ਦੇ ਨਾਲ ਮਾਈ ਕੀ ਹੁੰਦੀ ਹੈ
ਟੀਮ ਨਾਲ ਕੋਚ ਕੀ ਕਰਨ ਜਾਂਦਾ ਸਮਝਾਉਣ ਜਾਂਦਾ ਕਿ ਕਾਕਾ ਜਲਦਬਾਜ਼ੀ ਨਹੀਂ ਕਰਨੀ ਨਹੀਂ ਤੇ ਆਊਟ ਹੋ ਜਾਏਗਾ ਇਹ ਸਾਰੇ ਮਸਲੇ ਹੁੰਦੇ ਟੈਨਸ਼ਨ ਹੁੰਦੀਆਂ ਸਰਦਾਰੀ ਪਿਛਲੇ ਉੱਡ ਜਾਣ ਇਹ ਮੈਨੂੰ ਦੱਸ ਤੁਸੀਂ ਚਲੋ ਕੋਈ ਗੱਲ ਨੀ 30,000 ਰੁਪਇਆ ਅਸੀਂ ਭਰ ਦਾਂਗੇ ਅਸੀਂ ਭਰ ਦਾਂਗੇ ਅਸੀਂ ਸ਼ਰਾਬੀ ਜ਼ਰੂਰ ਆ ਬਗੈਰਤ ਨਹੀਂ ਔਰਤ ਦਾ ਪੈਸਾ ਅਸੀਂ ਕਦੀ ਖਾਧਾ ਨਾ ਖਾਣਾ ਹੀ ਅੱਛਾ ਹਾਂ ਚਲੋ ਕੋਈ ਗੱਲ ਨੀ ਮਰਦ ਉਹੀ ਚੰਗੇ ਹੁੰਦੇ ਨੇ ਜਿਹੜੇ ਔਰਤ ਨੂੰ ਖਵਾਏ ਮਰਦ ਉਹ ਚੰਗਾ ਨਹੀਂ ਹੁੰਦਾ ਫਿਰ ਔਰਤ ਦੇ ਖਾਤੇ ਖਾਏ ਔਰਤ ਨੂੰ ਵੀ ਤਾਂ ਚਾਹੀਦਾ ਨਾ ਥੋੜੇ ਖਾਏ ਤੁਸੀਂ ਤਾਂ ਜੜਾਂ ਤਾਂ ਪੁੱਟ ਕੇ ਲੈ ਜਾਂਦੀਆਂ ਬੰਦਾ ਬੇੜੇ ਉਗਰ ਹੁੰਦਾ ਪੈਂਦਾ ਇਸ ਸਭ ਨੇ ਕਈ ਵਾਰ ਆਪਣਾ ਕੈਮਰਾ ਵੇਚਿਆ ਮੇਰਾ ਤਸਵੀਰਾਂ ਖਿੱਚਣ ਵਾਲਾ ਮੈਂ ਅੱਜ ਤੱਕ ਤੇਰਾ ਪੈਸਾ ਨਹੀਂ ਹਰਾਮ ਕੀਤਾ ਹਾਂ ਕਦੀ ਨਹੀਂ ਕੀਤਾ ਤੂੰ ਕੋਈ ਦੁਪਹਿਰ ਤੂੰ ਤਾਂ ਖਾਣੀ ਨਹੀਂ ਪੈਸਾ ਨਾ ਵੇਰਾ ਵੇ ਮੈਂ ਫਿਲਮਾਂ 'ਚ ਕੰਮ ਕਰ ਰਹੀ ਹਾਂ ਤੂੰ ਘਰਾਂ 'ਚ ਕਿਉਂ ਨਹੀਂ ਕਰਦੀ ਵਿਆਹ ਕਰ ਤੂੰ ਘਰਾਂ 'ਚ ਕਰ ਰੋਟੀਆਂ ਪਕਾ ਸਭ ਕੁਝ ਕਰ ਸਾਰੀ ਕੁਕਿੰਗ ਕਰਦੀ ਹੈ ਮੈਂ ਕਿੰਨੀ ਵਾਰੀ ਕਹਾਂ ਮੇਰੀ ਕੁਕਿੰਗ ਬਹੁਤ ਅੱਛੀ ਆਉਂਦੀ ਹੈ ਮੈਂ ਫਿਲਮਾਂ ਦੇ ਵਿੱਚ ਕੰਮ ਮੈਂ ਤੇਰੀ ਫਿਲਮ ਵੇਖੀ ਕਿਹੜੀ ਸਟੋਰੀ ਨਹੀਂ ਮੈਨੂੰ ਯਾਦ ਬੰਦੇ ਪਛਾਣ ਲਾਂਗਾ ਬਾਕੀ ਤੇਰੇ ਲਈ ਸ਼ੇਰ ਸਮਝਾਉਣਾ ਤੂੰ ਸ਼ਹਿਜ਼ਾਦੀ ਹੈ ਵੱਡਾ ਵੱਡਾ ਹੀ ਹੁੰਦਾ ਬੰਦਾ ਛੋਟਾ ਕਿਹੜਾ ਮਰਜ਼ੀ ਵੱਡਾ ਰਹਿਣਾ ਆਪਣੇ ਵੱਡੇ ਦਾ ਵੱਡਾ ਨਹੀਂ ਬਣ ਸਕਦਾ ਸੱਚੀ ਹੈ ਤੇ ਗੱਲ ਸੱਚੀ ਠੀਕ ਹੈ ਨਾ ਇਸ ਕਰਕੇ ਆਪਣੇ ਵੱਡੇ ਦੀ ਇੱਜ਼ਤ ਕਰੋ ਤੇ ਛੋਟੇ ਹਾਂ ਹੁਣੇ ਤੁਹਾਨੂੰ ਕੋਈ ਗੱਲ ਕਹਿ ਦੋ ਤੂੰ ਮਗਰ ਪੈ ਜਾਣਾ ਨਹੀਂ ਨਹੀਂ ਤੇਰੇ ਲਈ ਸ਼ੇਰ ਹੈ ਕੀ ਸ਼ਾਹ ਪ੍ਰਸ਼ਾਦ ਦਾ ਨਾਂ ਨਹੀਂ ਲੈਣਾ ਕਿਉਂ ਉਹ ਮੇਰੇ ਅੱਬੇ ਦੀ ਕਮੇਟੀ ਖਾ ਗਿਆ ਸ਼ੇਰ ਜੀ ਸਟੇਜ ਪਰ ਨਾਚੀ ਅਦਵੀ ਅੱਛਾ ਹਜ਼ਾਰ